ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਰਮੇ ਦੀਆਂ ਤਿੰਨ ਬੀਟੀ ਕਿਸਮਾਂ ਪੀਏਯੂਬੀਟੀ 1 ਪੀਏਯੂਬੀਟੀ 2 ਪੀਏਯੂਬੀਟੀ 3 ਤਿਆਰ ਕੀਤੀਆਂ ਗਈਆਂ ਜੋ ਕਿ 올 ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ ਦੀ ਕਮੇਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਹਨ ਇਹ ਮੰਨ ਵਾਲੀ ਗੱਲ ਹੈ ਕਿ ਉੱਤਰ ਭਾਰਤ ਲਈ ਚੁਣੀਆਂ ਗਈਆਂ ਚਾਰ ਕਿਸਮਾਂ ਵਿੱਚੋਂ ਤਿੰਨ ਕਿਸਮਾਂ ਪੀਏਯੂ ਵੱਲੋਂ ਤਿਆਰ ਕੀਤੀਆਂ ਗਈਆਂ ਹਨ ਇਹ ਬੀਟੀ ਕਿਸਮਾਂ ਅਮਰੀਕਨ ਚਿਤ ਕਬਰੀ ਅਤੇ ਗੁਲਾਬੀ ਸੁੰਡੀਆਂ ਦਾ ਟਕਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ ਬੀਟੀ ਕਿਸਮਾਂ ਦਾ ਮੁੱਖ लाभ ਇਹ ਵੀ ਹੈ ਕਿ ਕਿਸਾਨ ਵੀ ਇਹਨਾਂ ਦਾ ਬੀਜ ਅਗਲੇ ਸਾਲ ਦੀ ਫਸਲ ਉਗਾਉਣ ਲਈ ਰੱਖ ਸਕਦੇ ਹਨ ਜਿਸ ਕਰਕੇ ਉਹਨਾਂ ਦਾ ਮੁੱਢਲਾ ਖਰਚਾ ਘੱਟ ਸਕਦਾ ਹੈ ਇਸ ਦੇ ਉਲਟ ਬੀਟੀ ਦੀਆਂ ਦੋਗਲੀਆਂ ਕਿਸਮਾਂ ਦਾ ਬੀਜ ਹਰ ਸਾਲ ਖਰੀਦਣਾ ਪੈਂਦਾ ਹੈ ਪੀਏਯੂ ਬੀਟੀ 1 ਬੀਟੀ ਨਰਮੀ ਦੀ ਪਹਿਲੀ ਕਿਸਮ 2017 ਵਿੱਚ ਪੰਜਾਬ ਅਤੇ ਰਾਜਸਥਾਨ ਵਿੱਚ ਕਾਸ਼ਤ ਕਰਨ ਲਈ ਸਿਫਾਰਿਸ਼ ਕੀਤੀ ਗਈ ਇਹ ਕਿਸਮ ਭਾਰਤ ਵਿੱਚ ਸਰਕਾਰੀ ਅਦਾਰਿਆਂ ਵੱਲੋਂ ਤਿਆਰ ਕੀਤੀ ਪਹਿਲੀ ਕਿਸਮ ਹੈ ਇਸ ਦੇ ਟਿੰਡੇ ਵੱਡੇਕਾਰ ਦੇ ਹੁੰਦੇ ਹਨ ਜਿਨ੍ਹਾਂ ਦਾ ਔਸਤਨ ਭਾਰ 4.3 ਗ੍ਰਾਮ ਹੁੰਦਾ ਹੈ ਅਤੇ ਰੂਹ ਦਾ ਕਸ 41.4% ਹੈ ਇਸ ਲੰਬੇ ਰੇਸ਼ੇ ਦੀ ਕਿਸਮ ਦੀ ਔਸਤ ਲੰਬਾਈ 28.2 ਮਿਲੀਮੀਟਰ ਹੈ ਰੇਸ਼ੇ ਦੀ ਤਾਕਤ 28.6 ਗ੍ਰਾਮ ਪ੍ਰਤੀ ਟੈਕਸ ਹੈ ਅਤੇ ਰੇਸ਼ੇ ਦੀ ਮੋਟਾਈ 4.5 ਮਾਈਕਰੋਗ੍ਰਾਮ ਪ੍ਰਤੀ ਇੰਚ ਹੈ ਇਸ ਦਾ ਔਸਤਨ ਝਾੜ 11.2 ਕੁਇੰਟਲ ਪ੍ਰਤੀ ਏਕੜ ਹੈ ਇਹ ਕਿਸਮ ਨਰਮੇ ਦੀ ਪੱਤਾ ਮਰੋੜ ਬਿਮਾਰੀ ਦਾ ਟਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਇਹ ਕਿਸਮ ਦੀ ਕਾਸ਼ਤ ਲਈ ਕਤਾਰ ਤੋਂ ਕਤਾਰ ਦੀ ਟੁਕਵੀਂ ਦੂਰੀ 67.5 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 45 ਸੈਂਟੀਮੀਟਰ ਹੈ ਪੀਏਯੂਬੀਟੀ 2 ਬੀਟੀ ਨਰਮੇ ਦੀ ਇਹ ਕਿਸਮ ਉੱਤਰ ਭਾਰਤ ਦੇ ਤਿੰਨ ਰਾਜਾਂ ਪੰਜਾਬ ਹਰਿਆਣਾ ਤੇ ਰਾਜਸਥਾਨ ਲਈ 2020 ਵਿੱਚ ਸਿਫਾਰਿਸ਼ ਕੀਤੀ ਗਈ ਇਸ ਦਾ ਆਸਤਨ ਝਾੜ 11.6 ਕੁਇੰਟਲ ਪ੍ਰਤੀ ਏਕੜ ਹੈ ਅਤੇ ਰੂਹ ਦਾ ਕਸ 33.3% ਹੈ। ਇਸ ਕਿਸਮ ਦੇ ਰੇਸ਼ੇ ਦੀ ਲੰਬਾਈ 27.6 ਮਿਲੀਮੀਟਰ ਅਤੇ ਤਾਕਤ 29.3 ਗ੍ਰਾਮ ਪ੍ਰਤੀ ਟੈਕਸ ਹੈ। ਇਸ ਕਿਸਮ ਦੇ ਰੇਸ਼ੇ ਦੀ ਮੋਟਾਈ 4.7 ਮਾਈਕਰੋਗ੍ਰਾਮ ਪ੍ਰਤੀ ਇੰਚ ਹੈ। ਇਹ ਕਿਸਮ ਹਰੇ ਤੇਲੇ ਅਤੇ ਪੱਤਾ ਮਰੋੜ ਬਿਮਾਰੀ ਦਾ ਟਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਪੀਏਯੂਬੀਟੀ 3 ਬੀਟੀ ਨਰਮਿਦੀ ਇਹ ਕਿਸਮ ਉੱਤਰ ਭਾਰਤ ਦੇ ਤਿੰਨ ਰਾਜਾਂ ਪੰਜਾਬ ਹਰਿਆਣਾ ਤੇ ਰਾਜਸਥਾਨ ਲਈ 2020 ਵਿੱਚ ਸਿਫਾਰਿਸ਼ ਕੀਤੀ ਗਈ ਇਸ ਕਿਸਮ ਦੇ ਰੇਸ਼ੇ ਦੀ ਲੰਬਾਈ 26.2 ਮਿਲੀਮੀਟਰ ਰੇਸ਼ੇ ਦੀ ਤਾਕਤ 29.1 ਗ੍ਰਾਮ ਪ੍ਰਤੀ ਟੈਕਸ ਅਤੇ ਮੋਟਾਈ 4.8 ਮਾਈਕਰੋਗ੍ਰਾਮ ਪ੍ਰਤੀ ਇੰਚ ਹੈ ਇਸ ਦਾ ਆਸਥਨ ਚਾਰ 11.4 ਕੁਇੰਟਲ ਪ੍ਰਤੀ ਏਕੜ ਅਤੇ ਰੂਹ ਦਾ ਕਸ 37.3% ਹੈ ਇਹ ਕਿਸਮ ਹਰੇ ਤੇਲੇ ਅਤੇ ਪੱਤਾ ਮੁਰੋੜ ਬਿਮਾਰੀ ਦਾ ਟਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਦੇਸੀਕ ਬਾ ਅਸੀਂ ਇਸ ਗੱਲ ਤੋਂ ਜਾਣੂ ਹਾਂ ਕਿ ਦੇਸੀਕ ਬਾ ਦੀ ਕਾਸ਼ਤ ਬਹੁਤ ਘੱਟ ਰਕਬੇ ਤੇ ਹੁੰਦੀ ਹੈ। ਪਰ ਇਸ ਵਿੱਚ ਪੱਤਾ ਮੁਰੋੜ ਬਿਮਾਰੀ ਅਤੇ ਰਾਸ ਚੂਸਣ ਵਾਲੇ ਕੀੜੇ ਜਿਵੇਂ ਚਿੱਟੀ ਮੱਖੀ ਅਤੇ ਹਰੇ ਤੇਲੇ ਦਾ ਟਕਰਾ ਕਰਨ ਦੀ ਭਰਪੂਰ ਸਮਰੱਥਾ ਹੈ। ਜਿਸ ਕਰਕੇ ਇਸ ਦੀ ਕਾਸ਼ਤ ਨੂੰ ਉਹਨਾਂ ਖੇਤਰਾਂ ਵਿੱਚ ਵਿਦਾਇਆ ਜਾ ਸਕਦਾ ਹੈ ਜਿੱਥੇ ਇਹ ਦੋ ਸਮੱਸਿਆਵਾਂ ਜ਼ਿਆਦਾ ਵਿਨਾਸ਼ਕਾਰੀ ਹਨ। ਦੇਸੀ ਕਪਾ ਦੀ ਕਿਸਮ ਐਲ ਡੀ 1019 ਇਹ ਇੱਕ ਘਟ ਚੜਨ ਵਾਲੀ ਕਿਸਮ ਹੈ ਜਿਸ ਕਰਕੇ ਇਸ ਵਿੱਚ ਦੋ ਜਾਂ ਤਿੰਨ ਚੁਗਾਈਆਂ ਦੀ ਹੀ ਜ਼ਰੂਰਤ ਪੈਂਦੀ ਹੈ ਇਸ ਦੇ ਪੱਤੇ ਹਰੇ ਚੌੜੇ ਅਤੇ ਫੁੱਲ ਹਲਕੇ ਪੀਲੇ ਰੰਗ ਦੇ ਹੁੰਦੇ ਹਨ ਰੇਸ਼ੇ ਦੀ ਲੰਬਾਈ 2.6 ਮਿਲੀਮੀਟਰ ਅਤੇ ਰੂਹ ਦਾ ਕਸ 35.5 ਪ੍ਰਤੀਸ਼ਤ ਹੈ ਇਹ ਕਿਸਮ ਤੇਲੇ ਚਿੱਟੀ ਮੱਖੀ ਸੋਕਾ ਰੋਗ ਅਤੇ ਬੈਕਟੀਰੀਅਲ ਬਲਾਈਟ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਇਸ ਦਾ ਆਸਥਚਾਰ 8.6 ਕੁੰਟਲ ਪ੍ਰਤੀ ਏਕੜ ਹੈ ਦੇਸੀ ਕਪਾਹ ਦੀ ਕਿਸਮ ਐਲਡੀ 949 ਇਸ ਦੇ ਪੌਦੇ ਲਾਲ ਪੂਰੇ ਪੱਤੇ ਡੁੰਗੇ ਕਟਾਵਾਂ ਵਾਲੇ ਅਤੇ ਫੁੱਲ ਗੁਲਾਬੀ ਹੁੰਦੇ ਹਨ ਇਸ ਕਿਸਮ ਦੀ ਰੂਹ ਦਾ ਕਸ 40.1% ਹੈ ਇਸ ਦੇ ਰੇਸ਼ੇ ਛੋਟੇ ਅਤੇ ਖੁਰਦਰੇ ਹੁੰਦੇ ਹਨ ਇਸ ਦੀ ਰੂਹ ਸਰਜਿਕਲ ਕਾਟਨ ਲਈ ਉਪਯੋਗਤ ਹੈ ਇਹ ਕਿਸਮ ਤੇਲੇ ਚਿੱਟੀ ਮੱਖੀ ਸੋਕਾ ਰੋਗ ਅਤੇ ਬੈਕਟੀਰੀਅਲ ਬ্লাইਟ ਦਾ ਟਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਇਸ ਕਪਾ ਦਾ ਔਸਤਨ ਝਾੜ 9.9 ਕੁਇੰਟਲ ਪ੍ਰਤੀ ਏਕੜ ਹੈ ਕਿਸਿਕਪਾ ਐਫ ਡੀ ਕੇ 124 ਇਸ ਕਿਸਮ ਦੇ ਬੂਟੇ ਹਰੇ ਰੰਗ ਦੇ ਪੱਤੇ ਡੂੰਗੇ ਘਟਾਵਾਂ ਵਾਲੇ ਅਤੇ ਫੁੱਲਾਂ ਦਾ ਰੰਗ ਸਫੇਦ ਹੁੰਦਾ ਹੈ ਇਹ ਕਿਸਮ ਤਕਰੀਬਨ 160 ਦਿਨਾਂ ਵਿੱਚ ਖੇਤ ਖਾਲੀ ਕਰ ਦਿੰਦੀ ਹੈ ਜਿਸ ਕਾਰਨ ਕਣਕ ਸਮੇਂ ਸਿਰ ਬੀਜੀ ਜਾ ਸਕਦੀ ਹੈ ਇਸ ਦੇ ਰੇਸ਼ੇ ਦੀ ਔਸਤ ਲੰਬਾਈ 21 ਮਿਲੀਮੀਟਰ ਅਤੇ ਰੂਹ ਦਾ ਕਸ 36.4% ਹੈ। ਇਹ ਕਿਸਮ ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਕਿਸਮ ਦਾ ਔਸਤਨ ਝਾੜ 9.3 ਕੁਇੰਟਲ ਪ੍ਰਤੀ ਏਕੜ ਹੈ।